वाहगुरु जी पिंड च ना मतलब के हुण तां नहीं जाया जा रहा है ना बी जिवें पहला इत्थे पूरी सैटिंग हरेक चीज हो जाए पूरी ਤੇ ਫਿਰ ਕੋਈ ਮਰਜ਼ੀ ਨਹੀਂ ਕਦ ਮਰਜ਼ੀ ਜਾਓ ਕਦ ਮਰਜ਼ੀ ਆਓ ਗੰਦ ਹੈ ਆਣਾ ਜਾਣਾ ਤਾਂ ਘੋੜ ਵੀ ਹੋ ਜਾਂਦੀ ਹੈ ਤੇ ਹੁਣ ਇੱਥੇ ਜਮਾ ਸਾਰਾ ਫਿਰ ਨਾਲੇ ਪਿੰਡ ਦਾ ਕੰਮ ਵੀ ਦੇਖਣਾ ਨਹੀਂ ਸ਼ਹਿਰ ਦਾ ਕੰਮ ਵੀ ਦੇਖਣਾ ਦੋ ਪਾਸੇ ਦੇਖਣਾ ਪੈਂਦਾ ਹੈ ਕਿੰਨਾ ਕੰਮ ਹੁਣ ਠੀਕ ਕਰਕੇ ਵਿਜਾਣਾ ਪੈਂਦਾ ਦੋ ਹੁਣ ਬੱਚਾ ਤਾਂ ਕੋਈ ਨਹੀਂ ਆ ਰਿਹਾ ਕੱਲ੍ਹ ਪਰਸੋਂ ਤਾਂ ਆਣਗੇ ਬੱਚੇ ਦਾ ਦਿਲ ਲੱਗਿਆ ਪਰ ਆਇਆ ਆਇਆ ਹੁਣ ਲੱਗੇ ਕਾਕੀ ਲੱਗਿਆ ਪਰ ਉਹ ਆ ਰਹੇ ਗੁਰਨੀਤ ਲੈ ਉੱਥੇ ਬੈਠੇ ਆ ਪਿੰਡ ਗੁਰਨੀਤ ਚਲੋ ਉਹ ਵੀ ਆ ਜਾਣਗੇ ਦੋ ਚਾਰ ਦਿਨ ਚ ਹਾਂ ਹੁਣ ਤਾਂ ਵੈਸੇ ਪੜ੍ਹਾਈ ਸਟਾਰਟ ਬਾਹਰ ਰੱਖਿਆ ਡਸਟਬਿਨ ਨੀ ਬੱਚੇ ਆਪਣੇ ਦਾਦਾ ਦਾਦੀ ਕੋਲ ਨਹੀਂ ਸੀ ਕੰਮ ਕਰਾ ਦਿਓ ਨਾਲ ਉਹਨੂੰ ਮੋਟਰ ਤੇ ਮੋਟਰ ਰਹਿਣਾ ਪੰਪਾ ਹੀ ਕਰਦੇ ਰਹਿੰਦੇ ਆਪਣੇ ਘਰੇ ਕੰਮ ਹੁੰਦਾ ਨਹੀਂ ਹਾਂ ਵਿਚਾਰ ਕਰਤਾ ਲੱਦੇ ਦੇ ਪਹਿਲਾਂ ਉਹਨੂੰ ਛੱਡਿਆ ਹੋਇਆ ਪਿਆ ਹੁੰਦਾ ਨਹੀਂ ਨਾ ਹੋਰ ਔਖਾ ਜੇ ਕਰਦੇ ਮੈਂ ਆਈ ਮੰਮੀ ਨੇ ਚਾਹ ਦੇ ਦਿਓ ਬੱਚਿਆਂ ਨੂੰ ਨਾਲ ਦੁੱਧ ਪੱਤੀ ਨਹੀਂ ਮੰਮੀ ਕੇ ਫਿਰ ਬਣਾ ਲਈ ਪਹਿਲਾਂ ਤੁਸੀਂ ਬਣਾ ਲਈ ਨਹੀਂ ਫਿਰ ਹੋਰ ਜੇ ਆਊਗੀ ਹੋਰ ਬਣਾ ਹੀ ਦਿਓ
ਬੱਚਿਆਂ ਵਗੈਰਾ ਰੌਣਕ ਵੀ ਹੁੰਦੀ ਹੈ ਨਾ। चेक कराई थी ठीक सी बैटरी उन चेक करके देख ਤੇ ਨਵੀਂ ਬੈਟਰੀ ਪਵਾ ਦਾਂਗੇ। ਹੋਣੀ ਤੇ ਖਰਾਬ ਦੀ ਬੈਟਰੀ ਉਹਨੇ ਬੈਜਾ ਹੋਣਾ। ਉਹਦੇ ਨਾਲ ਪ੍ਰਤੀਕ ਸੀਗਾ, ਪ੍ਰਤੀਕ ਦੇ ਸਾਹਮਣੇ ਪੁੱਛਿਆ ਉਹਨੂੰ ਮੋਬਾਈਲ ਵਾਲੇ ਨੂੰ, ਉਹ ਕਹਿੰਦਾ ਬੈਟਰੀ ਕਹਿੰਦਾ ਠੀਕ ਹੈ। ਮੈਂ ਕਿਹਾ ਚੈੱਕ ਕਰ ਲੈ ਵੀ ਚਾਰਜ ਹੁੰਦੀ ਹੈ, ਕਹਿੰਦਾ ਹਾਂ ਓਕੇ ਹੈ। ਨਾਲੇ ਕਾਫੀ ਟਾਈਮ ਬੰਦ ਰਿਹਾ ਨਾ ਇਹ, ਖੜੀ ਖੜੀ ਬੈਟਰੀ ਵੀ ਖਤਮ ਹੋ ਜਾਂਦੀ ਹੈ। ਚਾਰ ਵਗੈਰਾ ਲੈ ਲਓ, ਚਾਰ ਵਗੈਰਾ ਨਾਲ ਦੇ ਦੋ ਪਾਣੀ। Thank you.
ਚੱਕ ਦੋ ਨਾ ਇਹ ਸਵੇਰ ਨੂੰ ਕਾਲਾ ਕਾਲਾ ਜਿਹਾ ਹੋ ਜਾਂਦਾ हाँ बचा हो गया वो पता की है ना वो गल कहते रोड क्रॉस मोटरसाइकिल के पिछे बच्चा बैठे नाल गोदी चाहे पता की कराया उन्हें एक लगत गेयर पा के ना क्लच छड़ता वो कुदरती बस वाले ने हौली सी बस ता बचा हो गया वो गब्बे गिर गई रोड से बच्चे नाल बच्चा नाल सीगा पर यह भी बचा रहा परमात्मा की कृपा रही भी वो चोट नहीं लगी कोई हाँ बच्चा उपर गिर गया तो यह सेंटर च गिर गई भी परमात्मा सब से भला करे हाँ कई बार अणगहली ना जो तेजी कम करता बंदा ना क्योंकि बच्चे हैं ना इन्हें पता नहीं होता अजय ये काली कर दें बस हूँ प्रशादा छकन की बारी मेरी है फिर असं बढ़ जाएंगे अपने कंबलों से गलों दुध फिर पैन लगे पीवे हूँ टाइम हो गया है साढ़े नौ हो गए पता ही लगे दीदी टाइम का साढ़े नौ हो गए गल गल्लां च भी जो चलो ठीक है वाहेगुरु जी गुरु महाराज सब का भला करन मत्था फतेह बुलाइए वाहेगुरु जी का खालसा वाहेगुरु जी की फतेह।